ਹੁਣ ਸਰ ਜਿਹੜਾ ਕੱਲ ਬਰਨ ਹੋਇਆ ਪੁਲ ਦੇ ਉੱਤੇ ਤੇ ਉਹਦਾ ਅੱਗੇ ਕੀ ਪ੍ਰੋਸੈਸ ਚੱਲ ਰਿਹਾ? ਜੀ, ਅੱਜ ਜਿਹੜਾ ਕੱਲ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆਪਣੇ ਨੈਸ਼ਨਲ ਹਾਈਵੇ ਦੇ ਉੱਪਰ ਖੰਨਾ ਦੇ ਵਿੱਚ ਹੋਈ ਸੀ, ਉਹਦੇ ਰਿਗਾਰਡਿੰਗ ਜੀ ਅੱਜ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੀ ਇੱਕ ਡੈਡੀਕੇਟਿਡ ਟੀਮ ਸੀ, ਉਹਨਾਂ ਦੇ ਨਾਲ ਇੱਕ ਪੁਲਿਸ ਪ੍ਰਸ਼ਾਸਨ ਦੇ ਨਾਲ ਅਤੇ ਹੋਰ ਮਹਿਕਮਿਆਂ ਦੇ ਨਾਲ ਇੱਕ ਅੱਜ ਜੁਆਇੰਟ ਅਸੀਂ ਮੀਟਿੰਗ ਕੀਤੀ ਹੈ ਜੀ। ਉਹਦੇ ਵਿੱਚ ਜਿਹੜਾ ਹੈਗਾ ਸਿੱਟਾ ਇਹੀ ਨਿਕਲਿਆ ਕਿ ਇੱਕ ਜਿਹੜੀ ਅਨੈਲਿਸਿਸ ਟੀਮ ਹੈ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਡਿਬਿਊਟ ਕੀਤੀ ਗਈ ਹੈ, ਜਿਹਦੇ ਵਿੱਚ ਜਿਹੜੇ ਕਿ ਟੈਕਨੀਕਲ ਮੈਂਬਰਸ ਹੋਣਗੇ ਜਿਹੜੇ ਮੌਕੇ 'ਤੇ ਜਿਹੜੇ ਇੱਥੇ ਪਹੁੰਚ ਕੇ ਸਾਰਾ ਉਹਦਾ ਜਾਇਜ਼ਾ ਲੈਣਗੇ, ਅਤੇ ਉਹ ਰਿਪੋਰਟ ਉਹਨਾਂ ਨੂੰ ਇਹੀ ਕਿਹਾ ਕਿ ਜਲਦ ਤੋਂ ਜਲਦ ਰਿਪੋਰਟ ਸਬਮਿਟ ਕੀਤੀ ਜਾਵੇ ਤਾਂ ਜੋ ਕਿ ਇਹ 'ਤੇ ਜਿਹੜਾ ਨੈਸੈਸਰੀ ਐਕਸ਼ਨ ਹੈ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਉਹ ਲਿਆ ਜਾ ਸਕੇ। ਲੋਕ ਬੜੇ ਪੈਨਿਕ ਨੇ ਜੀ, ਰੂਮਰਸ ਵੀ ਫੈਲ ਰਹੀਆਂ ਨੇ, ਕੀ ਅਪੀਲ ਕਰਨਾ ਚਾਹੁੰਦੇ? ਅਪੀਲ ਇਹੀ ਆਮ ਜਨਤਾ ਨੂੰ ਇਹ ਅਪੀਲ ਹੈ ਜੀ ਕਿ ਰੂਮਰਸ 'ਤੇ ਤੁਸੀਂ ਧਿਆਨ ਨਾ ਦਿਓ। ਓਫੀਸ਼ੀਅਲੀ ਅਸੀਂ ਟਾਈਮ ਟੂ ਟਾਈਮ ਜਿਹੜੀ ਅਸੀਂ ਜਿਹੜਾ ਮੀਡੀਆ ਦੇ ਮੁਖਾਤਬ ਹੋ ਰਹੇ ਹਾਂ ਉਹਦਾ ਸਿਰਫ ਪਰਪਸ ਇਹੀ ਹੈ ਕਿ ਕੋਈ ਵੀ ਤਰ੍ਹਾਂ ਦੀ ਜਿਹੜੀ ਰੂਮਰ ਮੌਂਗਰਿੰਗ ਹੈ ਉਹਨੂੰ ਰੋਕਿਆ ਜਾ ਸਕੇ, ਅਤੇ ਇੱਦਾਂ ਦਾ ਜਿਹੜਾ ਕੋਈ ਵੀ ਜਿਹੜਾ ਰੂਮਰ ਹੈ ਕਿ ਹਾਈਵੇ ਬੰਦ ਹੋਇਆ ਇਸ ਤਰ੍ਹਾਂ ਦਾ ਕੁਛ ਵੀ ਜਿਹੜਾ ਨਹੀਂ ਹੈ। ਅਤੇ ਕਦੋਂ ਤੱਕ ਜਿਹੜੇ ਹੱਲ ਹੋਣ ਦੀ ਸੰਭਾਵਨਾ ਜਿਹੜਾ ਸੁਚਾਰੂ ਹੋ ਜੂ ਸਾਰਾ ਕੰਮ? ਬਿਲਕੁਲ ਜੀ, ਟ੍ਰੈਫਿਕ ਹਲੇ ਵੀ ਨਿਰਵਿਘਨ ਚੱਲ ਰਿਹਾ, ਉਹਦੇ ਰਿਗਾਰਡਿੰਗ ਜਿਹੜੇ ਅਸੀਂ ਡਾਇਵਰਸ਼ਨ ਨੇ ਜਿਹੜੇ ਉਹ ਦਿੱਤੇ ਹੋਏ ਨੇ, ਅਤੇ ਡਾਇਵਰਸ਼ਨ ਦੇ ਨਾਲ ਜਿਹੜਾ ਸਾਰਾ ਟ੍ਰੈਫਿਕ ਹੈ ਕੋਈ ਵੀ ਕੰਜੈਸ਼ਨ ਨਹੀਂ ਹੈ ਅਤੇ ਆਮ ਵਾਂਗੂ ਟ੍ਰੈਫਿਕ ਚੱਲ ਰਿਹਾ। ਅਤੇ ਜਿਹੜੀ ਨੈਸ਼ਨਲ ਹਾਈਵੇ ਆਫ ਅਥਾਰਟੀ ਆਫ ਇੰਡੀਆ ਉਹਨਾਂ ਵੱਲੋਂ ਜਿਹੜੀ ਟੀਮ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 2 ਦਿਨ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਇਹ ਦਿੱਤੀ ਜਾਵੇ ਤਾਂ ਜੋ ਕਿ ਇਹ 'ਤੇ ਨੈਕਸਟ ਆਪਾਂ ਨੈਕਸਟ ਐਕਸ਼ਨ ਲਿਆ ਜਾ ਸਕੇ। ਥੈਂਕ ਯੂ। ਸਲੀ ਦੀ ਅਸੈਸਮੈਂਟ ਲਈ ਇਹ ਹੈ ਕਿ ਅਸੀਂ ਜਿਹੜੀ ਹੈ ਐਕਸਪਰਟਸ ਦੀ ਟੀਮ ਹੈ ਮੋਬਲਾਈਜ਼ ਕਰ ਰਹੇ ਹਾਂ, ਮੰਡੇ ਤੱਕ ਇੱਕ ਵਾਰੀ ਇਹਦੀ ਸਟੇਬਿਲਿਟੀ ਐਨਾਲਿਸਿਸ ਕਰਕੇ ਸਾਨੂੰ ਰਿਪੋਰਟ ਦੇ ਦੇਣੀ। ਕੀ ਲੱਗਦਾ ਕੀ ਹੈ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਨਾਲ ਇਹ ਘਟਨਾ ਹੋਈ ਹੈ? ਦੇਖੋ, ਨੁਕਸਾਨ ਇਹ ਹੈ ਕਿ ਇਹਦੀ ਵਿਜ਼ੂਅਲ ਇੰਸਪੈਕਸ਼ਨ 'ਚੋਂ ਜਿਹੜਾ ਥੋੜ੍ਹਾ ਕੰਕਰੀਟ ਆ ਉਹਦੀ ਥੋੜ੍ਹੀ ਬਰਨਟ ਹੋਇਆ ਐਟ ਦਾ ਸਰਫੇਸ, ਇਹਦੇ ਵਿੱਚ ਕੋਈ ਸਟੀਲ ਨੂੰ ਕੋਈ ਡੈਮੇਜ ਨਾ ਹੋਇਆ ਹੋਵੇ ਜਾਂ ਕੋਈ ਹੋਰ ਸਟੇਬਿਲਿਟੀ ਨੂੰ ਕੋਈ ਅਸਰ ਨਾ ਪਿਆ, ਕੋਈ ਬੇਅਰਿੰਗ ਨੂੰ ਡੈਮੇਜ ਨਾ ਹੋਇਆ ਹੋਵੇ, ਇਹ ਇੱਕ ਵਾਰੀ ਅਸਰਟਨ ਕਰਨਾ। ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਨੇ ਕਿ ਇਹ ਪੁਲ ਤਾਂ ਅੱਜ ਵੀ ਸਕਦਾ ਜਾਂ ਥੱਲੇ ਉਹ ਤਰੇੜਾਂ ਆ ਗਿਆ ਜੀ, ਕੀ ਲੱਗਦਾ ਹੁਣ ਤੱਕ ਤਾਂ ਜੀ? ਦੇਖੋ, ਵਿਜ਼ੂਅਲੀ ਜਿਹੜਾ ਦੇਖਿਆ ਉਹਦੇ ਵਿੱਚ ਕੋਈ ਤਰੇੜਾਂ ਤਾਂ ਅਜੇ ਨਹੀਂ ਦਿਖੀਆਂ, ਪਰ ਇੱਕ ਵਾਰੀ ਇਹਦਾ ਇਨ ਡੈਪਥ ਐਨਾਲਿਸਿਸ ਕਰਨਾ ਜ਼ਰੂਰੀ ਹੈ, ਕਿਉਂਕਿ ਬੇਅਰਿੰਗ ਦੀ ਕੰਡੀਸ਼ਨ, ਸਟੀਲ ਦੀ ਕੰਡੀਸ਼ਨ ਕੀ ਉਹ ਇੱਕ ਵਾਰੀ ਦੇਖਣਾ ਜ਼ਰੂਰੀ ਹੈ, ਅਤੇ ਉਹ ਜਿਹੜੀ ਹੈ ਉਹਦੇ ਵਾਸਤੇ ਅਸੀਂ ਜਿਹੜੀ ਟੀਮ ਮੋਬਲਾਈਜ਼ ਕਰ ਰਹੇ ਹਾਂ। ਸੈਂਪਲਿੰਗ ਵਗੈਰਾ ਕਦੋਂ ਹੋਣੀ ਹੈ, ਕਦੋਂ ਤੱਕ ਕੰਪਲੀਟ ਹੋਵੇ? ਇੱਦਾਂ ਮੰਡੇ ਤੱਕ ਸਾਨੂੰ, ਹੋਪਫੁਲੀ ਮੰਡੇ ਤੱਕ ਅਸੀਂ ਇਹਦੀ ਰਿਪੋਰਟ ਹੈ ਜਿਹੜੀ ਉਹ ਆ ਜਾਏਗੀ। ਇਸ ਪੁਲ ਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਰਿਪੋਰਟ ਦੇ ਆਧਾਰ ਹੈ ਜਾਂ ਫਿਰ ਸੋਮਵਾਰ ਤੋਂ ਬਾਅਦ ਚਲਾਇਆ ਜਾਊਗਾ? ਨਹੀਂ, ਉਹ ਇੱਕ ਵਾਰੀ ਅਸੈਸ ਕਰ ਲਈ, ਉਸ ਤੋਂ ਬਾਅਦ ਇਹਦਾ ਡਿਸੀਜ਼ਨ ਲਿਆ ਜਾਊਗਾ। ਜੇ ਕੋਈ ਇਨਕੇਸ ਜ਼ਰੂਰਤ ਹੋਈ ਤਾਂ ਫਿਰ ਨਾਲ ਦੀ ਨਾਲ ਇਹਦੀ ਰਿਪੇਅਰ ਹੋਊਗੀ? ਹਾਂਜੀ ਹਾਂਜੀ ਹਾਂਜੀ, ਰਿਪੇਅਰ ਨਾਲ ਦੀ ਨਾਲ। ਅਤੇ ਕੋਈ ਟੈਂਪਰੇਰੀ ਹੱਲ ਕੀਤਾ ਜਾ ਰਿਹਾ ਜੀ? ਟੈਂਪਰੇਰੀ ਹੱਲ ਇਹ ਹੈ ਕਿ ਜਿਹੜਾ ਇਹਦੇ 2 ਡੈੱਕ ਨੇ ਇੱਥੇ, ਅਤੇ 1 ਡੈੱਕ ਜਿਹੜਾ ਉਹ ਥੋੜ੍ਹਾ ਅਫੈਕਟਡ ਹੈ ਫਾਇਰ ਦੇ ਨਾਲ, ਦੂਸਰਾ ਡੈੱਕ ਹੈ ਜਿਹੜਾ ਉਹਦੇ ਉੱਤੇ ਕੋਈ ਇੰਪੈਕਟ ਨਹੀਂ ਸੀ, ਤਾਂ ਦੂਸਰੇ ਡੈੱਕ ਦੇ ਨਾਲ ਜਾਂ ਫਿਰ ਨੀਚੇ ਸਰਵਿਸ ਰੋਡ ਤੋਂ ਹੈ ਜਿਹੜਾ ਉਹ ਟ੍ਰੈਫਿਕ ਡਾਈਵਰਟ ਕੀਤਾ ਜਾਊਗਾ, ਕੀਤਾ ਜਾ ਹੀ ਰਿਹਾ ਇਸ ਟਾਈਮ। ਅਤੇ ਕਿੰਨਾ ਕੁ ਏਰੀਆ ਫਿਲਹਾਲ ਜਿਹੜਾ ਬੰਦ ਕੀਤਾ ਜੀ? ਉਹ ਅਰਾਊਂਡ 200-300 ਮੀਟਰ ਦਾ ਏਰੀਆ। ਠੀਕ, ਥੈਂਕ ਯੂ।